ਜਿਹੜੇ ਜੱਟ ਨਹੀਂ ਰਹਿ ਪੈਂਦੇ ਸਨ ਨਾ ਆਪਣੇ ਪਿਆਰਿਆਂ ਕੋਲੋਂ, ਜੱਟ ਵੀ ਉਹਨਾਂ ਸਵਾਬ ਸਮਝ ਕੇ ਤੇਰੇ ਤੇ ਮੇਰੇ ਤੇ ਮਿੱਟੀ ਪਾਣੀ ਹੈ ਸਵਾਬ ਸਮਝ ਕੇ, ਤੇ ਕਬਰ ਬਣਾਉਣ ਵਾਲਿਆਂ ਬਲਾ ਕੀ ਕਹਿਣਾ, ਆਓ ਹੁਣ ਮਿੱਟੀ ਪਾਓ ਤੇ ਸਵਾਬ ਲਵੋ, ਆਓ ਮਿੱਟੀ ਪਾਓ, ਕਬਰ ਵਾਲਿਆਂ ਸਾਈਡ ਤੇ ਹੋ ਜਾਣਾ, ਮਾਮੇ ਚਾਚੇ ਜਨਾਜ਼ਾ ਯਾ ਬੜੀਜਣਾ, ਤੇ ਉਹਨਾਂ ਪਤਾ ਹੀ ਕੀ ਆਖਣਾ ਕਿ ਦੂਰ ਦੇ ਰਿਸ਼ਤੇਦਾਰ ਹੋਣੇ ਨੇ, ਉਹਨਾਂ ਕਹਿਣਾ ਚਲੋ ਜੇ ਚਲੇ ਹੁਣ ਜਨਾਜ਼ਾ ਪੜਿਆ ਗਿਆ ਚਲੀਏ, ਛੱਡ ਜਾਣਾ ਵਿੱਚੇ ਸਭ ਕੁਛ, ਠੀਕ ਹੈ ਨਾ ਮੇਰੇ ਭਰਾਵੋ। ਕਈ ਮਜਬੂਰੀ ਦੀ ਵਜ੍ਹਾ ਤੋਂ ਖਲੋਤੇ ਤਾਂ ਮਾਮੇ ਚਾਚੇ ਤਾਏ ਦੇ ਪੁੱਤਰ ਉਹ ਖਲੋਤੇ, ਉਸ ਨੇ ਕਿ ਚੱਲ 2 ਮਿੰਟ ਜਾਈਏ, ਨਾ ਗਏ ਤੇ 2 ਮਿੰਟ ਖਲੋ ਜਾਈਏ, ਵੇਟ ਕਰ ਲਈਏ, ਨਹੀਂ ਤੇ ਗੁਲਾਮਾ ਨਾ ਆ ਜਾਵੇ ਸਾਨੂੰ।